सत श्रीकाल जी, मैं अपना वीर गुरदास कैड़ा जी, मीडिया इंचार्ज लुधियाना। सो अज असि आए हैं लेबर कलोनी दे विच, जिथे कि आप देख सकते हैं जिथे प्रताप चौंक के नेड़े बिलकुल आप देख सकते हैं, उथे आप बिलकुल देख सकते हैं भी बहुत सारा अज आप देख सकते हैं भी 85 साल के बुजुर्ग सके सुखदेव सिंह जी शर्मा जी, जिन्हों का उन्होंने बेटे गोपाल शर्मा जी ने उन्होंने जन्मदिन मनाया। बहुत ही श्रद्धा पूर्व उथे आप देख सकते हैं सिद्ध जोगी बालकनाथ जी, उन्होंने एक चौंकी भी नाल करवाई गई, भजन कीर्तन करवाया गया। उथे बहुत सारे लोगों ने लंगर भी चलाया गया, आप देख सकते हैं सारे उथे बहुत सारे परिवार उथे बहुत सारे मेहमान पहुंचे। के बाबा जी चेयरमैन जेडे पंजाब सरकार साढ़े भी पहुंचे ने, उथे आप देख सकते हैं रेशम सिंह जी सग्गू साहब होर बहुत सारी महान सीता साढ़े साई जी पट्टी जी होर बहुत सारे पहुंचे ने, तस्वीर नहीं देख सकते हैं उथे तुम दिखावांगे अज किस तरह के उन्होंने जन्मदिन जरा कि मनाएगा सुखदेव शर्मा जी, जिन्हें 85 साल की एज है। उन्होंने पहला बच्चे घर मनाते एक दी उन्होंने वड्डे तौर पर किया, बहुत आप तस्वीर नहीं देख सकते हैं उथे आप दिखा सकते हैं सर कि किदा की हो रहा उथे, आओ तस्वीर नहीं दिखाने की हो रहा। हाँ जी, जिन्हों का अज जन्मदिन मनाया जा रहा बुजुर्गों का नाम की है जी, कितनी उम्र है उन्होंने? मेरे बुजुर्ग जी मेरे पिता जी सुखदेव शर्मा जी, उन्होंने उम्र 85 साल हो गई है जी। अच्छा जी, उन्होंने जन्म दिहाड़ा मनाया जा रहा है बाबा जी चौंकी के नाम। ਇਹ ਹਰ ਸਾਲ ਹੀ ਤੁਸੀਂ ਇਦਾਂ ਮਨਾਉਂਦੇ ਜੀ? ਮੈਂ ਹਰ ਸਾਲ ਮਨਾਉਣਾ ਪਰ ਘਰੇ ਮਨਾਉਣਾ, ਐਤਕੀ ਮੇਰਾ ਮਨ ਸੀਗਾ ਵੀ ਮੈਂ ਖੁੱਲ ਕੇ ਮਨਾਉਣਾ ਬਾਬਾ ਜੀ ਦੀ ਚੌਂਕੀ ਦੇ ਨਾਲ। ਵੀ ਜਾਣੀ ਹੁਣ ਜਿਹੜਾ ਅੱਗੇ ਮਨਾਓਗੇ ਉਹ ਵੀ ਇਦਾਂ ਹੀ ਮਨਾਓਗੇ ਤੁਸੀਂ? ਬਾਬਾ ਜੀ ਦੀ ਮੌਜ ਹੈ ਜੀ, ਬਾਬਾ ਜੀ ਮਿਹਰ ਕਰਨ ਆਪਾਂ ਹਰ ਸਾਲ ਇਦਾਂ ਹੀ ਮਨਾਈਏ। ਚਲੋ ਠੀਕ ਹੈ ਜੀ, ਥੈਂਕ ਯੂ। ਹਾਂਜੀ, ਸਾਡੇ ਸਾਈਂ ਜੀ ਬੈਠੇ ਨੇ, ਸ੍ਰੀ ਪੱਟੀ ਜੀ ਉਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਅੱਜ ਜਿਹੜੇ ਸਾਡੇ ਬਜ਼ੁਰਗਾਂ ਦਾ ਜਨਮਦਿਨ ਜਿੰਨਾ ਮਨਾਇਆ ਜਾ ਰਿਹਾ ਉਸ ਵਿਸ਼ੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਸਾਈਂ ਜੀ? ਅੱਜ ਅਸੀਂ ਹਲਕੇ ਦੇ ਜਿਹੜੇ ਕਿ ਇੰਚਾਰਜ ਵੀ ਨੇ ਇਸ ਇਲਾਕੇ ਦੇ ਵਿੱਚ, ਬਹੁਤ ਸਾਰਾ ਵਾਰਡ ਦੇ ਇੰਚਾਰਜ ਵੀ ਨੇ ਸਾਡੇ ਜਿਹੜੇ ਕਿ ਕੌਂਸਲ ਸਾਹਿਬ ਵੀ ਨੇ, ਮੈਂ ਗੱਲ ਕਰ ਰਿਹਾ ਰੇਸ਼ਮ ਸਿੰਘ ਜੀ ਸੱਗੂ ਸਾਹਿਬ, ਜਿਹੜੇ ਕਿ ਅੱਜ ਪਾਰਕ ਦੇ ਵਿੱਚ ਦੇਖਦੇ ਹਾਂ ਵੀ ਪਿਛਲੇ ਦਿਨਾਂ 'ਚ ਬਾਬੀ ਸਰਕਾਰਾਂ ਨੇ ਦੇ ਦਰਮਿਆਨ MLA ਵੀ ਰਹੇ ਨੇ, ਤਾਂ ਉਹਨਾਂ ਦਾ ਵਿਕਾਸ ਵੀ ਬਹੁਤ ਸਾਰੀ ਕਮੀ ਰਹੀ ਆ, ਲੋਕਾਂ ਨੂੰ ਬਹੁਤ ਪਰੇਸ਼ਾਨੀ ਸਾਹਮਣਾ ਕਰਨਾ ਪਿਆ। ਅਸੀਂ ਰੇਸ਼ਮ ਸਿੰਘ ਜੀ ਸੱਗੂ ਸਾਹਿਬ ਨੂੰ ਪੁੱਛਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਜੀ? ਅੱਜ ਦੇਖੋ, ਚਾਹੇ ਇੱਥੇ ਦੇ MLA ਰਹੇ, ਚਾਹੇ ਇੱਥੇ ਦੇ ਮੰਤਰੀ ਰਹੇ, ਚਾਹੇ ਇੱਥੇ ਦਾ ਮੇਅਰ ਰਿਹਾ, ਪਰ ਉਹਨਾਂ ਨੇ ਨਾ ਕਰਦੇ ਹੋਏ ਆਪਣੇ ਵਿਕਾਸ ਬਣੀ ਸਾਡਾ ਜ਼ਿਆਦਾ ਧਿਆਨ ਦਿੱਤਾ। ਪਿਛਲੇ ਦਿਨਾਂ 'ਚ ਬੜੇ ਮਾੜੀ ਹਾਲਤ ਸੀ, ਮੈਨੂੰ 2 ਸਾਲ ਦਾ ਕੋਈ ਸੇਵਾ ਦਾ ਵਜੋਂ ਦਾ ਵਾਰਡ ਇਲੈਕਸ਼ਨ ਹੋਈ ਅਤੇ ਉਦੋਂ ਇਸ ਵਾਰਡ ਦੇ ਵਾਸੀਆਂ ਦੇ ਨਾਲ ਸਾਦਾ ਕਾਇਮ ਹੋਇਆ। ਸਾਡੇ ਇਲਾਕੇ ਜਾ ਕੇ ਦੇਖਿਆ ਟੁੱਟੀਆਂ ਸੜਕਾਂ ਨੂੰ, ਜਿਹੜੇ 15-15 ਸਾਲ ਹੋ ਗਏ ਸੀ, ਪਾਰਕਾਂ ਦਾ ਬੁਰਾ ਹਾਲ ਸੀ ਅਤੇ ਕਿਤੇ ਨਾ ਕਿਤੇ ਥੋੜ੍ਹੇ ਦਿਨਾਂ ਵਿੱਚ ਪਿਛਲੇ ਲਾਕਡਾਊਨ ਦੇ ਵਿੱਚ ਸਾਡੇ ਯਾਰ ਦੋਸਤਾਂ ਨੇ ਇੱਥੇ ਰਾਹ ਮਿਲ ਕੇ ਇਹ ਪਾਰਕਾਂ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ। ਚਲੋ ਵਿਹਲੇ ਹਾਂ, ਵਿਹਲੇ ਬੈਠ ਕੇ ਸਾਰੇ ਇਲਾਕਾ ਨਿਵਾਸੀ ਇਕੱਠੇ ਹੋਏ, ਉਹਨਾਂ ਨੇ ਆਪਣੇ ਤੌਰ ਤੇ ਪਾਰਕ ਸੰਭਾਲੇ। ਇਹ ਅੱਜ ਚਾਹੇ ਬਸੰਤ ਪਾਰਕ ਆ, ਚਾਹੇ ਵਿਸ਼ਕਰਮਾ ਪਾਰਕ ਆ, ਤੇ ਸਾਡੀਆਂ 9 ਪਾਰਕਾਂ ਨੇ। ਪਰ ਹੁਣ ਮੈਂ ਸਰਕਾਰ ਤੋਂ ਪਹਿਲਾਂ ਅਸੀਂ ਸਰਕਾਰ 'ਚ ਹੁੰਦੇ ਹੋਏ ਜਿਹੜੀਆਂ ਇਹ ਨਗਰ ਸੁਧਾਰ ਟਰੱਸਟ ਦੇ ਵਿੱਚੋਂ 9 ਪਾਰਕਾਂ ਪਾਸ ਕਰਾਈਆਂ ਨੇ, ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਖਿਆਲ ਮੰਗਲਵਾਰ ਨੂੰ ਅਸੀਂ ਉਦਘਾਟਨ ਕਰਨ ਜਾ ਰਹੇ ਹਾਂ। ਜਿਨ੍ਹਾਂ ਦੇ ਵਿੱਚ 300 ਬੈਂਚ ਨੇ ਅਤੇ ਹਰੇਕ ਪਾਰਕ ਵਿੱਚ ਓਪਨ ਜਿੰਮ ਆ ਅਤੇ ਨਾਲ ਨਾਲ ਹਰੇਕ ਪਾਰਕ ਦੇ ਵਿੱਚ ਕਨੋਪੀਆਂ ਨੇ, ਜਿਹੜੇ ਬਜ਼ੁਰਗ ਬੈਠ ਕੇ ਜਿਵੇਂ ਸਰਦਾਂ ਦੇ ਵਿੱਚ ਬਹਿੰਦੇ ਸੀਗੇ ਬੈਠ ਕੇ ਉੱਥੇ ਗਰਮੀ ਦਾ ਸਰਦੀ ਦਾ ਆਨੰਦ ਲੈ ਸਕਣ, ਪੱਖਿਆਂ ਦੀ ਵਿਵਸਥਾ ਕਨੋਪੀਆਂ ਦੀ ਵਿਵਸਥਾ ਉਹ ਕੀਤੀ ਜਾ ਰਹੀ ਆ। ਮੇਰਾ ਘਰ ਮੰਗਲਵਾਰ ਨੂੰ ਅਸੀਂ ਉਦਘਾਟਨ ਕਰਨ ਜਾ ਰਹੇ ਹਾਂ। ਆਹ ਨਵੇਂ ਆਹ ਹੁਣੀ ਸਰਦਾਰ ਗੁਰਕੀਤ ਸਿੰਘ ਕੋਟਲੀ ਜੀ ਬੰਨਿਓ ਸਾਡੇ ਵਿਸ਼ਕਰਮਾ ਪਾਰਕ ਲਈ ਵੀ ਜਿਹੜੇ ਉਹਦੇ ਲਾਟ 5 ਲੱਖ ਦੀ ਗ੍ਰਾਂਟ ਜਾਰੀ ਕੀਤੀ ਆ, ਉਹਨਾਂ ਦੀ ਲੈਟਰ ਆ ਚੁੱਕਿਆ। ਮੈਂ 2-4 ਦਿਨ ਦੇ ਵਿੱਚ ਅਸੀਂ ਉਹਦਾ ਵੀ ਕੰਮ ਸ਼ੁਰੂ ਕਰਾਉਣ ਜਾ ਰਹੇ ਹਾਂ। ਜਿਹੜੇ ਓਲਡ ਸਿਟੀਜਨ ਲਈ ਆ, ਜਿਹੜੇ ਬਜ਼ੁਰਗ ਸੈਰ ਕਰਕੇ ਥੱਕ ਜਾਂਦੇ ਸੀਗੇ ਅਤੇ ਉਹਨਾਂ ਦੇ ਵਿਸ਼ਰਾਮ ਕਰਨ ਲਈ ਉਹ ਕਮਰਿਆਂ ਦੀ ਵਿਵਸਥਾ ਕਰਾਂਗੇ। ਲੇਕਿਨ ਫਿਰ ਵੀ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਲੜਾਈਆਂ ਨੂੰ ਛੱਡ ਕੇ ਜੋ ਸਰਕਾਰਾਂ ਦਾ ਰੁਪਈਆ ਡਿਵੈਲਪਮੈਂਟ ਦਾ ਰੁਪਈਆ ਉਹ ਡਿਵੈਲਪਮੈਂਟ ਦੇ ਵਿੱਚ ਲੱਗਿਆ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ,
ਚੰਗੀ ਐਜੂਕੇਸ਼ਨ ਮਿਲੇ, ਸਾਫ ਸੁਥਰਾ ਪਾਣੀ ਮਿਲੇ ਤੇ ਗੰਦੇ ਪਾਣੀ ਤੋਂ ਰਹਿਤ ਹੁੰਦੇ ਹੋਏ ਅਸੀਂ ਉਹਨਾਂ ਲਈ ਉਪਰਾਲੇ ਕਰ ਸਕੀਏ ਤੇ ਇਹਨਾਂ ਤੋਂ ਕਰਦੇ ਹੋਏ ਮੈਂ ਅੱਜ ਇੱਥੇ ਸਾਡੇ ਦੋਸਤ ਗੋਪਾਲ ਸ਼ਰਮਾ ਜੀ ਦੇ ਵੱਧ ਤੋਂ ਵੱਧ ਜਨਮਦਿਨ ਵੀ ਆ ਤੇ ਮੈਂ ਇਲਾਕਾ ਵਾਸੀਆਂ ਵੱਲੋਂ ਤੇ ਆਪਣੇ ਵੱਲੋਂ ਉਹਨਾਂ ਨੂੰ ਸ਼ੁਭਕਾਮਨਾਵਾਂ ਭੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।